ਔਰ ਜ਼ਰੂਰ ਕੋਈ ਨਾ ਕੋਈ ਹੱਲ ਉਹਨਾਂ ਦੀ ਮਦਦ ਕਰਨ ਵਾਸਤੇ ਅਸੀਂ ਕੱਢ ਸਕਦੇ ਹਾਂ। ਲੇਕਿਨ ਮੇਰਾ ਚਲਾਉਣ ਦਾ ਕਹਿਣ ਦਾ ਕਿ ਤੁਸੀਂ ਆਪਣਾ ਇੰਡਸਟਰੀ ਚਲਾਓ ਦਾ ਮਤਲਬ ਇਹ ਹੀ ਸੀ ਕਿ ਜਿਹੜੇ ਤੁਹਾਡੇ ਖਰਚੇ ਨਿਕਲਦੇ ਆ ਤੁਸੀਂ ਆਪਣਾ ਇੰਨਾ ਇੰਡਸਟਰੀਅਲ ਪ੍ਰੋਡਕਸ਼ਨ ਕਰਕੇ ਆਪਣੇ ਖਰਚੇ ਕੱਢੋ ਔਰ ਉਸ ਦੇ ਨਾਲ ਆਪਣੀ ਲੇਬਰ ਨੂੰ ਸਾਂਭੋ, ਉਹਨਾਂ ਨੂੰ ਰਹਿਣ ਦੀ ਜਗ੍ਹਾ ਦਿਓ ਆਪਣੇ ਫੈਕਟਰੀਆਂ 'ਚ, ਉਹਨਾਂ ਨੂੰ ਰੋਟੀ ਦਿਓ, ਉਹਨਾਂ ਨੂੰ ਦਿਹਾੜੀ ਦਿਓ ਤਾਂ ਕਿ ਤੁਸੀਂ ਆਪਣੀ ਲੇਬਰ ਨੂੰ ਰੱਖ ਸਕੋ। ਐਂ ਤਾਂ ਫਿਰ ਅਗਰ ਤੁਹਾਡੀ ਲੇਬਰ ਚਲੀ ਜਾਏ ਛੱਡ ਕੇ, ਹੁਣ ਅੱਜ ਤਾਈਂ ਕੋਈ ਸਾਡਾ ਪੰਜਾਬ ਦਾ ਲੇਬਰ ਆਪਣੇ ਘਰਾਂ 'ਚ ਨਹੀਂ ਵਾਪਸ ਗਿਆ, ਔਰ ਅਗਰ ਤੁਸੀਂ ਉਹਨਾਂ ਨੂੰ ਜਾਣ ਦਿਓਗੇ ਤਾਂ ਫਿਰ ਉਹਨਾਂ ਨੇ ਫਿਰ ਤੁਸੀਂ ਜਦ ਫੈਕਟਰੀ ਦੁਬਾਰਾ ਚਲਾਉਣੀ ਹੋ ਕਿੱਥੇ ਕੌਣ ਵਾਪਸ ਆਊਗਾ, ਔਰ ਵਾਢੀ ਸਾਡੀ ਲੱਗਣੀ ਹੈ ਅਗਲੇ 2 ਹਫ਼ਤਿਆਂ 'ਚ, ਉਹ ਵੀ ਉਸ ਵਾਸਤੇ ਵੀ ਸਾਨੂੰ ਲੇਬਰ ਦੀ ਲੋੜ ਹੈ। ਸੋ ਅੱਜ ਮੈਨੂੰ ਖੁਸ਼ੀ ਹੈ ਇਹ ਗੱਲ ਕਹਿਣ ਦੀ ਕਿ ਪੰਜਾਬ ਤੋਂ ਇੱਕ ਬੰਦਾ ਲੇਬਰ ਦਾ ਕੋਈ ਆਪਣੇ ਘਰ ਨਹੀਂ ਵਾਪਸ ਗਿਆ, ਛੱਤੀਸਗੜ੍ਹ, ਬਿਹਾਰ, ਝਾਰਖੰਡ ਜਿੱਥੇ ਵੀ ਜਾਂਦੇ ਨੇ, ਉੜੀਸਾ 'ਚ। ਕੈਪਟਨ ਸਾਹਿਬ, ਮੈਂ ਉਹਨਾਂ ਦੇ ਮੁੱਖ ਮੰਤਰੀ ਦਾ ਮੈਨੂੰ ਪਟਨਾਇਕ ਸਾਹਿਬ ਦਾ ਆਇਆ ਸੀ ਟੈਲੀਫੋਨ ਚਿੱਠੀ ਕਿ ਮੈਨੂੰ ਮੇਰੇ ਬੰਦੇ ਜਿਹੜੇ ਆਏ ਹੋਏ ਨੇ ਉੜੀਸਾ ਦੇ, ਉਹਨਾਂ ਦਾ ਧਿਆਨ ਰੱਖੋ ਕਿਉਂਕਿ ਤੁਹਾਡੇ ਉੱਥੇ ਰਹਿਣਾ ਚਾਹੁੰਦੇ ਨੇ, ਅਸੀਂ ਰੱਖ ਰਹੇ ਹਾਂ ਉਹਨਾਂ ਦਾ ਧਿਆਨ।